ना हम किया न करेंगे, ना कर सके शरीर कभी, ना हम किया ना करेंगे, ना कर सके शरीर कभी, ना हम किया करेंगे, ना कर सके शरीर, क्या जानू किस हर किया, क्या जानू किस हर किया, अयो कबीर कबीर, ना हम किया ना करेंगे, ना कर सके शरीर कभी, ना हम किया ना करेंगे, ना कर सके शरीर। ਗੁਰੂ ਸਾਹਿਬ ਦੇ ਸਾਜੀ ਨੂੰ ਅੱਜ ਸਾਹ ਸੰਗ ਜੀਓ, ਦਸ਼ਮੇਸ਼ ਪਿਤਾ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਮੁਕੱਦਸ ਫਤਿਹ ਦਾ ਜਵਾਬ ਫਤਿਹ ਨਾ ਦਿਓ। ਸਾਰੇ ਜਣ ਕਾ ਜੋ ਅੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸਿੰਘ ਜੀਓ, ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ ਕਿ ਆਪਾਂ ਗੋਬਿੰਦ ਮਾਰਗ ਉੱਪਰ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਆਪਣੇ ਮੁਬਾਰਕ ਚਰਨ ਪਾਏ ਉਹਨਾਂ ਥਾਵਾਂ ਦੇ ਦਰਸ਼ਨ ਕਰਦੇ ਹਾਂ, ਉਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰਦੇ ਹਾਂ, ਇਤਿਹਾਸ ਤੋਂ ਆਪਾਂ ਨਾਲ ਨਾਲ ਜਾਣੂ ਹੁੰਦੇ ਹਾਂ। ਇਸੇ ਤਰ੍ਹਾਂ ਆਪਾਂ ਚੱਲਦੇ ਹੋਏ ਆਪਾਂ ਦਰਸ਼ਨ ਕੀਤੇ ਗਏ, ਜਿਵੇਂ ਮਾਛੀਵਾੜਾ, ਚਮਕੌਰ ਸਾਹਿਬ, ਟਾਲੀਆਣਾ, ਦੀਨਾ ਕਾਂਗੜ, ਮੁਕਤਸਰ ਸਾਹਿਬ, ਹੋਰ ਆਪਾਂ ਬਹੁਤ ਸਾਰੇ ਹੀ ਅਨੇਕਾਂ ਹੀ ਗੁਰੂ ਸਾਹਿਬ ਦੇ ਧਾਮਾਂ ਦੇ ਆਪਾਂ ਦਰਸ਼ਨ ਕੀਤੇ, ਨਾਲ ਇਤਿਹਾਸ ਤੋਂ ਜਾਣਿਆ। ਇਸੇ ਲੜੀ ਦੇ ਤਹਿਤ ਅੱਜ ਆਪਾਂ ਪਹੁੰਚੇ ਹਾਂ ਇਹ ਪਿੰਡ ਲੱਖੀ ਜੰਗਲ। ਇਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ। ਇਸ ਜਗ੍ਹਾ 'ਤੇ ਚਾਰ ਪਾਤਸ਼ਾਹੀਆਂ ਨੇ ਆਪਣੇ ਮੁਬਾਰਕ ਚਰਨ ਪਾਏ, ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਹਰ ਰਾਏ ਜੀ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਆਓ ਆਪਾਂ ਗੁਰਦੁਆਰੇ ਦੇ ਦਰਸ਼ਨ ਕਰਦੇ ਹਾਂ ਅਤੇ ਨਾਲ ਨਾਲ ਆਪਾਂ ਇਤਿਹਾਸ ਤੋਂ ਵੀ ਜਾਣੂ ਹੁੰਦੇ ਹਾਂ। ਸਾਡੇ ਨਾਲ ਇਸ ਸਮੇਂ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਭੁਪਿੰਦਰ ਸਿੰਘ ਜੀ ਨਾਲ ਹਨ, ਅਤੇ ਦੂਜੇ ਪਾਸੇ ਸਾਡੇ ਨਾਲ ਗ੍ਰੰਥੀ ਸਿੰਘ ਖੜ੍ਹੇ ਹਨ ਜੋ ਕਿ ਸਾਨੂੰ ਇਤਿਹਾਸ ਤੋਂ ਜਾਣੀ ਕਰਾਉਣਗੇ। ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦੇ ਨਾਲ ਖਾਲਸਾ ਜੀ ਇਤਿਹਾਸ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਟਰੈਵਲ ਦੀ ਸਮੁੱਚੀ ਟੀਮ ਦਾ ਗੁਰਦੁਆਰਾ ਲੱਖੀ ਜੰਗਲ ਸਾਹਿਬ ਵਿਖੇ ਪਹੁੰਚਣ 'ਤੇ ਜੀ ਆਇਆਂ ਨੂੰ ਆਖਿਆ ਜਾਂਦਾ। ਬਾਬਾ ਭੁਪਿੰਦਰ ਸਿੰਘ ਜੀ ਸੇ ਮੁੱਖ ਸੇਵਾਦਾਰ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਉਹਨਾਂ ਵੱਲੋਂ ਵੀ ਸਮੁੱਚੀ ਟੀਮ ਦਾ ਗੁਰਦੁਆਰਾ ਲੱਖੀ ਜੰਗਲ ਸਾਹਿਬ ਵਿਖੇ ਪਹੁੰਚਣ 'ਤੇ ਜੀ ਆਇਆਂ ਨੂੰ ਆਖਿਆ ਜਾਂਦਾ ਹੈ। ਗੁਰਦੁਆਰਾ ਲੱਖੀ ਜੰਗਲ ਸਾਹਿਬ ਜੀ ਦਾ ਮੁੱਖ ਇਤਿਹਾਸ ਚਾਰ ਪਾਤਸ਼ਾਹੀਆਂ ਦੇ ਨਾਲ ਜੁੜਿਆ ਹੋਇਆ ਹੈ। ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਇਸ ਅਸਥਾਨ 'ਤੇ ਉਸ ਵਕਤ ਆਏ ਜਦੋਂ ਇੱਥੇ ਇੱਕ ਲੱਖੀ ਨਾਮੇ ਫਕੀਰ ਰਿਹਾ ਕਰਦਾ ਸੀ। ਜੰਗਲ ਦਾ ਇਲਾਕਾ ਸੀ। ਉਹਨੂੰ ਚਾਹ ਸੀ ਕਿ ਮੈਨੂੰ ਕੋਈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਆ ਕੇ ਇੱਥੇ ਮਿਲਣ, ਅਤੇ ਉਹਨਾਂ ਦੀ ਪੁਕਾਰ 'ਤੇ ਗੁਰੂ ਸਾਹਿਬ ਇੱਥੇ ਆਏ। ਇਤਿਹਾਸਕਾਰਾਂ ਦੇ ਮੁਤਾਬਕ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਮੱਕੇ ਦੀ ਧਰਤੀ 'ਤੇ ਸਨ। ਉਸ ਤੋਂ ਬਾਅਦ ਇੱਥੇ ਉਹਨਾਂ ਨੇ ਆ ਕੇ ਲੱਖੀ ਨੂੰ ਦਰਸ਼ਨ ਦਿੱਤੇ। ਲੱਖੀ ਨਾਲ ਵਿਟਾਰ ਵਟਾਂਦਰੇ ਹੋਏ, ਲੱਖੀ ਨੂੰ ਵਰ ਦਿੱਤਾ ਕਿ ਲੱਖੀ ਤੇਰੇ ਨਾਂ 'ਤੇ ਇੱਥੇ ਇੱਕ ਨਗਰ ਵਸੇਗਾ ਜਿਹਦਾ ਜੁਗਾਂ ਜੁਗਾਂਤਰਾਂ ਤੱਕ ਨਾਮ ਰਹੇਗਾ। ਸੋ ਉਹਨਾਂ ਦੇ ਨਾਮ 'ਤੇ ਲੱਖੀ ਜੰਗਲ ਨਾਮ ਇਸ ਸਥਾਨ ਦਾ ਪ੍ਰਸਿੱਧ ਹੋਇਆ। ਅਤੇ ਗੁਰੂ ਪਾਤਸ਼ਾਹ ਜੀ ਨੇ ਇੱਥੇ ਰਹਿ ਕਰਕੇ ਕਾਫੀ ਦਿਨ ਇੱਥੇ ਨਾਮ ਸਿਮਰਨ ਕੀਤਾ। ਜਪਜੀ ਸਾਹਿਬ ਜੀ ਦੇ 125,000 ਪਾਠ ਕਰਕੇ ਇਸ ਧਰਤੀ ਨੂੰ ਵਰ ਬਖਸ਼ੇ ਕਿ ਜੋ ਵੀ ਪ੍ਰਾਣੀ ਇੱਥੇ ਆ ਕਰਕੇ ਗੁਰੂ ਜਪਜੀ ਸਾਹਿਬ ਜੀ ਦੇ ਪਾਠ ਸੁਣੇਗਾ, ਪੜ੍ਹੇਗਾ,
ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰੇਗਾ, ਉਹਦੀਆਂ ਮਨੋਕਾਮਨਾ ਮਨੋਰਥ ਇੱਛਾਵਾਂ ਹਰੇਕ ਤਰ੍ਹਾਂ ਦੀਆਂ ਪੂਰੀਆਂ ਹੋਣਗੀਆਂ। ਅਤੇ ਪੂਰਨਮਾਸ਼ੀ ਦਾ ਜੋੜ ਮੇਲਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਮਨਾਉਣ ਵਾਸਤੇ ਹੁਕਮ ਕੀਤੇ, ਹਰ ਮਹੀਨੇ ਪੂਰਨਮਾਸ਼ੀ ਦਾ ਜੋੜ ਮੇਲਾ ਭਰਦਾ। ਅਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਉਸ ਵੇਲੇ ਇਸ ਸਥਾਨ 'ਤੇ ਆਏ ਜਦੋਂ ਚੰਦੂ ਨੂੰ ਦਿੱਲੀ ਤੋਂ ਨੱਥ ਪਾ ਕੇ ਲਾਹੌਰ ਲੈ ਕੇ ਗਏ। ਰਸਤੇ ਵਿੱਚ ਉਹਨਾਂ ਨੇ ਇੱਥੇ ਟਿਕਾਣਾ ਕੀਤਾ, ਇੱਥੇ ਰਹਿ ਕੇ ਗੁਰੂ ਸਾਹਿਬ ਜੀ ਨੇ ਨਾਮ ਸਿਮਰਨ ਕੀਤਾ। ਕਾਫੀ ਦਿਨ ਰਹਿਣ ਤੋਂ ਬਾਅਦ ਇੱਥੋਂ ਫਿਰ ਲਾਹੌਰ ਨੂੰ ਚਾਲੇ ਪਾਏ ਸਨ। ਫਿਰ ਗੁਰੂ ਹਰਰਾਏ ਸਾਹਿਬ ਜੀ ਆਪਣਿਆਂ ਘੋੜਿਆਂ ਸਮੇਤ ਮਾਲਵੇ ਦੀ ਫੇਰੀ ਦੇ ਵੇਲੇ ਇੱਥੇ ਆਏ। 22,000 ਘੋੜ ਸਵਾਰ ਅਤੇ ਹੋਰ ਸੇਵਾਦਾਰ ਗੁਰੂ ਸਾਹਿਬ ਜੀ ਦੇ ਨਾਲ ਸਨ। ਭਾਈ ਮਹਿਮੇ ਅਤੇ ਭਾਈ ਅਬਲੂ ਨੇ ਗੁਰੂ ਹਰਰਾਏ ਸਾਹਿਬ ਜੀ ਦੀ ਇੱਥੇ ਸੇਵਾ ਕੀਤੀ, ਦੁੱਧ ਪਾਣੀ ਛਕਾਇਆ। ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਪੁੱਛਿਆ ਵੀ ਤੁਹਾਡਾ ਕੋਈ ਨਗਰ ਕਿਹੜਾ ਹੈ, ਤੁਸੀਂ ਕਿਹੜੇ ਨਗਰ ਦੇ ਰਹਿਣ ਵਾਲੇ ਹੋ? ਤਾਂ ਭਾਈ ਮਹਿਮਾ ਅਤੇ ਅਬਲੂ ਨੇ ਕਿਹਾ ਕਿ ਅਸੀਂ ਸਾਡਾ ਕੋਈ ਨਗਰ ਨਹੀਂ ਹੈ, ਅਸੀਂ ਟੱਪਰੀ ਵਾਸੀਆਂ ਦੀ ਤਰ੍ਹਾਂ ਪਿੰਡ ਜਾ ਕੇ ਰਹਿਣਾ ਕਰਦੇ ਹਾਂ। ਤਾਂ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਇਹ ਜੰਗਲ ਦਾ ਇਲਾਕਾ ਪਿਆ, ਆਪਣੇ ਘੋੜੇ ਫੇਰ ਲਓ ਅਤੇ ਆਪਣੇ ਤੁਸੀਂ ਇੱਥੇ ਪਿੰਡ ਵਸਾਓ। ਅਤੇ ਉਹਨਾਂ ਦੇ ਹੁਕਮ 'ਤੇ ਗੁਰੂ ਸਾਹਿਬ ਜੀ ਦੇ ਭਾਈ ਮਹਿਮੇ ਅਤੇ ਅਬਲੂ ਨੇ ਇੱਥੇ ਘੋੜੇ ਫੇਰ ਕੇ ਇੱਥੇ ਹੁਣ ਨੇੜੇ ਮਹਿਮੇ ਦੇ ਨਾਂ 'ਤੇ 5-7 ਪਿੰਡ ਵਸੇ ਹੋਏ ਨੇ ਅਤੇ ਗੁਰੂ ਅਤੇ ਭਾਈ ਅਬਲੂ ਦੀਆਂ ਕਈ ਰਿਆਸਤਾਂ ਹੋਈਆਂ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਮੁਕਤਸਰ ਦੇ ਜੰਗ ਤੋਂ ਬਾਅਦ ਖਾਲਸੇ ਦਾ ਇਕੱਠ ਜੋ ਬੁਲਾਇਆ ਗਿਆ ਉਹ ਲੱਖੀ ਜੰਗਲ ਦੀ ਧਰਤੀ 'ਤੇ ਬੁਲਾਇਆ ਗਿਆ ਅਤੇ ਗੁਰੂ ਸਾਹਿਬ ਜੀ ਨੇ ਇੱਥੇ ਰਹਿ ਕੇ ਕਵੀ ਦਰਬਾਰ ਸਜਾਏ। 3 ਕਵੀ ਦਰਬਾਰ ਆਪਣੇ ਜ਼ਿੰਦਗੀ ਵਿੱਚ ਗੁਰੂ ਸਾਹਿਬ ਜੀ ਨੇ ਵੱਡੇ ਸਜਾਉਣਾ ਕੀਤੇ, ਪਹਿਲਾਂ ਅਨੰਦਪੁਰ ਸਾਹਿਬ, ਦੂਸਰਾ ਪਾਉਂਟਾ ਸਾਹਿਬ ਅਤੇ ਤੀਸਰਾ ਕਵੀ ਦਰਬਾਰ ਜੋ ਲੱਖੀ ਜੰਗਲ ਦੀ ਧਰਤੀ 'ਤੇ ਸਜਿਆ। ਅਤੇ ਗੁਰੂ ਸਾਹਿਬ ਜੀ ਨੇ ਇੱਥੋਂ ਵਰ ਬਖਸ਼ੇ ਕਿ ਜੋ ਆਨੰਦ, ਜੋ ਸੁੱਖ ਸਾਨੂੰ ਅਨੰਦਪੁਰ ਦੀ ਧਰਤੀ 'ਤੇ ਰਹਿ ਕੇ ਮਿਲਦਾ, ਉਹੀ ਸੁੱਖ, ਉਹੀ ਆਨੰਦ ਇਸ ਧਰਤੀ 'ਤੇ ਰਹਿ ਕੇ ਮਿਲਿਆ, ਇਸ ਨੂੰ ਦੂਸਰੇ ਅਨੰਦਪੁਰ ਸਾਹਿਬ ਦਾ ਵੀ ਦਰਜਾ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਜਦੋਂ ਇੱਥੋਂ ਭਾਈ ਡੱਲੇ ਦੀ ਬੇਨਤੀ 'ਤੇ ਇੱਥੋਂ ਦਮਦਮਾ ਸਾਹਿਬ ਜੀ ਨੂੰ ਚਾਲੇ ਪਾਏ ਅਤੇ ਗੁਰੂ ਸਾਹਿਬ ਜੀ ਨੂੰ ਜਾਣ ਲੱਗੇ, ਸੰਗਤਾਂ ਨੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਆਪ ਕਿਰਪਾ ਕਰੋ, ਸਾਨੂੰ ਕੋਈ ਨਿਸ਼ਾਨੀ ਇੱਥੇ ਆਪ ਭੇਟਾ ਕਰਕੇ ਜਾਓ। ਗੁਰੂ ਸਾਹਿਬ ਉਸ ਵੇਲੇ ਕਹਿੰਦੇ ਦਾਤਣ ਕਰ ਰਹੇ ਸਨ, ਦਾਤਣ ਦੀਆਂ 4 ਫੜਾਂ ਕਰਕੇ ਉਸ ਸਥਾਨ 'ਤੇ ਗੱਡੀਆਂ, ਜੋ ਅੱਜ ਫਲਾਈਸਰ ਦਾ ਬਹੁਤ ਵੱਡਾ ਦਰਖਤ ਇਸ ਸਥਾਨ 'ਤੇ ਮੌਜੂਦ ਹੈ ਅਤੇ ਜੋ ਕਿ 6ਵੇਂ ਪਾਤਸ਼ਾਹ ਦਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ, ਉਹਦੇ ਵਿੱਚ ਭਾਈ ਚੰਦੂ ਨੂੰ ਅਤੇ ਘੋੜੇ ਨੂੰ ਜਿੱਥੇ ਬੰਨਿਆ ਸੀ ਉਹ ਕਰੀਰ ਅਤੇ ਉਹ ਵਣ, ਉਹ ਵੀ ਦੋਨੋਂ ਇੱਥੇ ਮੌਜੂਦ ਹਨ। ਸੋ ਇਹ 4 ਪਾਤਸ਼ਾਹੀਆਂ ਦਾ ਇਤਿਹਾਸ ਲੱਖੀ ਜੰਗਲ ਸਾਹਿਬ ਜੀ ਦਾ ਹੈ। ਸੋ ਹਰ ਮਹੀਨੇ ਤਰ੍ਹਾਂ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ, ਹਰ ਵੇਲੇ ਹਰ ਰੋਜ਼ ਸੰਗਤਾਂ ਆਪਣੇ ਅਰਦਾਸਾਂ ਬੇਨਤੀਆਂ ਲੈ ਕੇ ਆਉਂਦੀਆਂ ਹਨ, ਗੁਰੂ ਸਾਹਿਬ ਕਿਰਪਾ ਕਰਦੇ ਨੇ, ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਹਨ। ਸੋ ਸੰਗਤਾਂ ਹਰ ਰੋਜ਼ ਹਰ ਸਮੇਂ ਅੰਮ੍ਰਿਤ ਵੇਲੇ ਵੀ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਕਾਫੀ ਸੰਗਤਾਂ ਦਾ ਇਕੱਠ ਹੁੰਦਾ ਅਤੇ ਪੂਰਨਮਾਸ਼ੀ ਦੇ ਜੋੜ ਮੇਲੇ ਭਰਦੇ ਹਨ, ਹੋਰ ਗੁਰਪੁਰਬ ਹਰ ਤਰ੍ਹਾਂ ਦੇ ਗੁਰਪੁਰਬ ਮਨਾਏ ਜਾਂਦੇ ਹਨ 10ਵੇਂ ਪਾਤਸ਼ਾਹੀਆਂ ਦੇ, ਅਤੇ ਮਾਘੀ ਅਤੇ ਵਿਸਾਖੀ ਦਾ ਮੇਲੇ ਜੋੜ ਮੇਲੇ ਭਰਦੇ ਹਨ। ਸੋ ਇਹ ਇਤਿਹਾਸ ਗੁਰੂ ਦੁਆਰਾ ਲੱਖੀ ਜੰਗਲ ਸਾਹਿਬ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ।